ਅਸੀਂ ਜਲੰਧਰ ਦੂਰਦਰਸ਼ਨ ਕੇਂਦਰ ਤੋਂ ਬੋਲ ਰਹੇ ਹਾਂ। ਅੱਜ ਦੀਆਂ ਖਾਸ ਖਬਰਾਂ। ਠੰਡ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਗੁੱਡ ਮਾਰਨਿੰਗ ਦਾ ਸਮਾਂ ਦੁਪਹਿਰ 12:30 ਤੱਕ ਰਹੇਗਾ ਅਤੇ ਸਵੇਰੇ ਪਾਣੀ ਪਾ ਕੇ ਰਜਾਈ ਖਿੱਚ ਕੇ ਉੱਠਣ ਵਾਲਾ ਅੱਤਵਾਦੀ ਹਮਲੇ ਦੇ ਬਰਾਬਰ ਮੰਨਿਆ ਜਾਵੇਗਾ ਅਤੇ ਕਿਸੇ ਦੀ ਰਜਾਈ 'ਚ ਵੜ ਕੇ ਠੰਡੇ ਪੈਰ ਲਾਉਣੇ ਛੇੜਛਾੜ ਦਾ ਮਾਮਲਾ ਮੰਨਿਆ ਜਾਵੇਗਾ ਅਤੇ ਘਰ ਆਏ ਨੂੰ ਚਾਹ ਨਾ ਪੁੱਛਣ 'ਤੇ ਦੇਸ਼ਧਰੋਹ ਦੇ ਬਰਾਬਰ ਕੇਸ ਦਰਜ ਕੀਤਾ ਜਾਵੇਗਾ ਅਤੇ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਨਹਾ ਕੇ ਆਏ ਨੂੰ ਹੱਥ ਲਾਉਣ ਵਾਲਾ ਵੀ ਨਹਾਤਾ ਹੀ ਮੰਨਿਆ ਜਾਵੇਗਾ। ਇਹ ਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ। ਸੁਮੇਲ